ਗੁੱਡ ਮਾਰਨਿੰਗ, ਸਵਾਗਤ, ਅਭਿਨੰਦਨ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂ ਗੁਪਤਾ ਆਪ ਸਭ ਦਾ ਸਵਾਗਤ ਕਰਦਾ ਹਾਂ ਇਸ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ ਵਿੱਚ। ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ ਕਿ ਤੁਹਾਡੀ ਰਾਸ਼ੀ ਅਨੁਸਾਰ ਅੱਜ ਦਾ ਰਾਸ਼ੀਫਲ ਕੀ ਕਹਿੰਦਾ ਹੈ, ਲੱਕੀ ਕਲਰ ਕਿਹੜਾ ਹੈ, ਲੱਕੀ ਨੰਬਰ ਕੀ ਹੈ, ਸਾਵਧਾਨੀ ਕੀ ਵਰਤਣੀ ਹੈ ਅਤੇ ਸਮੱਸਿਆ ਸਮਾਧਾਨ ਕੀ ਹੈ, ਇਸ ਉੱਤੇ ਅਸੀਂ ਅੱਜ ਚਰਚਾ ਕਰਾਂਗੇ। ਪ੍ਰੋਗਰਾਮ ਵਿੱਚ ਅੱਗੇ ਤੁਹਾਡੇ ਪੁੱਛੇ ਹੋਏ ਸਵਾਲ ਦਾ ਅਸੀਂ ਜਵਾਬ ਦੇਵਾਂਗੇ। ਆਓ ਸ਼ੁਰੂ ਕਰਦੇ ਹਾਂ ਪਹਿਲੀ ਰਾਸ਼ੀ ਏਰੀਜ਼ ਯਾਨੀ ਮੇਸ਼ ਤੋਂ। ਧਾਰਮਿਕ ਕੰਮਾਂ ਵਿੱਚ ਅੱਜ ਮੇਸ਼ ਰਾਸ਼ੀ ਦੇ ਜਾਤਕਾਂ ਦੀ ਰੁਚੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਪੈਤ੍ਰਿਕ ਸੰਪੱਤੀ ਨਾਲ ਜੁੜੇ ਹੋਏ ਮਾਮਲੇ ਅੱਜ ਤੁਹਾਡੇ ਸਾਰੇ ਹੱਲ ਹੁੰਦੇ ਹੋਏ ਨਜ਼ਰ ਆ ਰਹੇ ਹਨ। ਕਾਰੋਬਾਰੀ ਜਗ੍ਹਾ 'ਤੇ ਆਪਣੇ ਕਾਰਜ ਕੁਸ਼ਲਤਾ ਨਾਲ ਆਪਣਾ ਨਾਮ ਕਮਾਉਣਗੇ। ਤੁਹਾਡੀ ਮਾਰਕੀਟ ਵਿੱਚ ਤੁਹਾਡਾ ਨਾਮ, ਤੁਹਾਡੇ ਬ੍ਰਾਂਡ ਦੀ ਸਟਰੈਂਥ ਜਿਹੜੀ ਹੈ ਉਹ ਵਧੇਗੀ। ਪਿਤਾ ਨਾਲ ਵਾਦ ਵਿਵਾਦ ਤੋਂ ਥੋੜ੍ਹਾ ਜਿਹਾ ਆਪਣਾ ਕਿਨਾਰਾ ਕਰੋ। ਮਾਨ ਸਨਮਾਨ ਨਾਲ ਬਾਤਚੀਤ ਕਰਕੇ ਦੇਖੋ, ਉਹ ਤੁਹਾਡੇ ਬਿਜ਼ਨਸ ਵਿੱਚ ਤੁਹਾਨੂੰ ਬਹੁਤ ਮਦਦ ਕਰਨਗੇ। ਅੱਜ ਉਪਾਅ ਕੀ ਕਰਨਾ ਹੈ, ਹਨੂੰਮਾਨ ਜੀ ਨੂੰ ਸਿੰਦੂਰ ਅਤੇ ਚਮੇਲੀ ਦਾ ਤੇਲ ਚੜ੍ਹਾਉਣਾ ਹੈ। ਲੱਕੀ ਕਲਰ ਇਜ਼ ਔਰੇਂਜ ਐਂਡ ਲੱਕੀ ਨੰਬਰ ਇਜ਼ 5। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ। ਇਮਾਨਦਾਰੀ ਅਤੇ ਲਗਨ ਨਾਲ ਕੀਤਾ ਹੋਇਆ ਤੁਹਾਡਾ ਕੰਮ ਅੱਜ ਤੁਹਾਡੇ ਬੌਸ ਰਾਹੀਂ ਸਰਾਇਆ ਜਾਏਗਾ। ਬੌਸ ਤੋਂ ਤੁਹਾਨੂੰ ਮਾਨ ਸਨਮਾਨ ਦੀ ਪ੍ਰਾਪਤੀ ਹੋਏਗੀ। ਕੋਸਮੈਟਿਕ ਨਾਲ ਜੁੜੇ ਹੋਏ ਲੋਕਾਂ ਦਾ ਬਿਜ਼ਨਸ ਅੱਜ ਖੂਬ ਚੱਲੇਗਾ ਅਤੇ ਤੁਸੀਂ ਖੂਬ ਪੈਸਾ ਕਮਾ ਪਾਓਗੇ। ਤੁਹਾਨੂੰ ਆਪਣੀ ਮਿਹਨਤ ਸਦਕਾ ਆਊਟ ਆਫ ਦ ਵੇ ਆਪਣੀ ਜੌਬ ਵਿੱਚ ਪ੍ਰਮੋਸ਼ਨ ਵੀ ਮਿਲ ਸਕਦੀ ਹੈ ਅਤੇ ਜੇਕਰ ਤੁਸੀਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਤੁਹਾਨੂੰ ਉਹ ਬਿਜ਼ਨਸ ਸ਼ੁਰੂ ਕਰ ਲੈਣਾ ਚਾਹੀਦਾ ਹੈ, ਲਾਭਦਾਇਕ ਸਿੱਧ ਹੋਏਗਾ। ਅੱਜ ਉਪਾਅ ਕੀ ਕਰਨਾ ਹੈ, ਸੂਰਜ ਨੂੰ ਤਾਂਬੇ ਦੀ ਗੜਵੀ ਨਾਲ ਪਾਣੀ ਅਰਪਿਤ ਕਰਨਾ ਹੈ। ਲੱਕੀ ਕਲਰ ਇਜ਼ ਸਲੇਟ ਐਂਡ ਲੱਕੀ ਨੰਬਰ ਇਜ਼ 6। ਜੈਮਨੀ ਯਾਨੀ ਮਿਥੁਨ ਰਾਸ਼ੀ। ਲੌਂਗ ਟਰਮ ਪਲਾਨਿੰਗ ਕਰਨ 'ਤੇ ਬਿਜ਼ਨਸ ਵਿੱਚ ਤੁਸੀਂ ਕਾਮਯਾਬ ਰਹੋਗੇ। ਕੋਈ ਵੀ ਸਟੈਪ ਲੈਣਾ ਹੈ ਬਿਜ਼ਨਸ ਵਿੱਚ, ਲੌਂਗ ਟਰਮ ਪਲੈਨਿੰਗ ਨਾਲ ਲਓ, ਸੋਚ ਸਮਝ ਕੇ ਲਓ। ਬਿਜ਼ਨਸ ਇਨਕਰੀਸ ਕਰਨ ਲਈ ਪਰਿਵਾਰ ਦਾ ਭਰਪੂਰ ਸਾਥ ਤੁਹਾਨੂੰ ਮਿਲੇਗਾ। ਤੁਹਾਡੇ ਬਿਜ਼ਨਸ ਵਿੱਚ ਵਾਧਾ ਆਉਂਦੇ ਹੋਏ ਨਜ਼ਰ ਆ ਰਹੇ ਨੇ। ਜੋ ਲੰਬੇ ਸਮੇਂ ਤੋਂ ਸਿਹਤ ਤੁਹਾਡੀ ਠੀਕ ਨਹੀਂ ਸੀ ਚੱਲ ਰਹੀ, ਅੱਜ ਤੁਸੀਂ ਬਿਲਕੁਲ ਠੀਕ ਠਾਕ ਮਹਿਸੂਸ ਕਰੋਗੇ। ਆਪਣੇ ਬਿਜ਼ਨਸ ਦੇ ਅਕਾਊਂਟਸ ਉੱਤੇ ਪੈਣੀ ਨਜ਼ਰ ਰੱਖਣ ਦੀ ਲੋੜ ਹੈ, ਚੈੱਕ ਜ਼ਰੂਰ ਕਰਦੇ ਰਹੋ। ਸਾਵਧਾਨੀ ਵਰਤ ਕੇ ਆਪਣਾ ਬਿਜ਼ਨਸ ਦਾ ਕੰਮ ਅਤੇ ਉਹਦੇ ਅਕਾਊਂਟਸ ਵਰਤਣੇ। ਉਪਾਅ ਕੀ ਕਰਨਾ ਹੈ, ਕੰਜਕਾਂ ਨੂੰ ਹਰੇ ਰੰਗ ਦੀਆਂ ਚੂੜੀਆਂ ਤੁਸੀਂ ਪੇਂਟ ਕਰ ਸਕਦੇ ਹੋ। ਲੱਕੀ ਕਲਰ ਇਜ਼ ਗੋਲਡਨ ਐਂਡ ਲੱਕੀ ਨੰਬਰ ਇਜ਼ 7। ਕੈਂਸਰ ਯਾਨੀ ਕਰਕ ਰਾਸ਼ੀ। ਆਪਣੀ ਸਿਹਤ ਦਾ ਧਿਆਨ ਰੱਖੋ, ਬਾਹਰ ਦਾ ਖਾਣਾ ਪੀਣਾ ਬਿਲਕੁਲ ਤਿਆਗ ਦਿਓ, ਛੱਡ ਦਿਓ। ਪੈਸੇ ਉਧਾਰ ਦੇਣ ਤੋਂ ਵੀ ਅੱਜ ਬਚਣਾ ਹੈ, ਕਿਨਾਰਾ ਕਰਨਾ ਹੈ। ਜਲਦਬਾਜ਼ੀ ਵਿੱਚ ਕਾਰੋਬਾਰੀ ਡਿਸੀਜ਼ਨ ਨਹੀਂ ਲੈਣਾ, ਨੁਕਸਾਨ ਹੋ ਸਕਦਾ ਹੈ। ਅਤੇ ਮਹੱਤਵਪੂਰਨ ਬਦਲਾਵ ਕੋਈ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਉਹ ਬਦਲਾਵ ਤੁਸੀਂ ਲਿਆ ਸਕਦੇ ਹੋ, ਪਰ ਕਿਸੇ ਦੀ ਸਲਾਹ ਜ਼ਰੂਰ ਲੈਣੀ ਹੈ। ਵੱਡੇ ਬਜ਼ੁਰਗ ਦੀ ਸਲਾਹ ਤੁਹਾਡੇ ਲਈ ਲਾਭਕਾਰੀ ਸਿੱਧ ਹੋਏਗੀ। ਉਪਾਅ ਕੀ ਕਰਨਾ ਹੈ, ਦੁੱਧ ਕਿਸੇ ਧਾਰਮਿਕ ਸਥਾਨ 'ਤੇ ਦਾਨ ਦੇ ਦਿਓ। ਲੱਕੀ ਕਲਰ ਇਜ਼ ਰੈੱਡ ਐਂਡ ਲੱਕੀ ਨੰਬਰ ਇਜ਼ 8। ਲੀਓ ਯਾਨੀ ਸਿੰਘ ਰਾਸ਼ੀ। ਆਪਣੀ ਕਾਰੇ ਕੁਸ਼ਲਤਾ ਦੇ ਮਿਹਨਤ ਨਾਲ ਤੁਸੀਂ ਖੂਬ ਸਨਮਾਨ ਪ੍ਰਾਪਤ ਕਰੋਗੇ। ਅੱਜ ਤੁਹਾਡੇ ਲਗਨ ਦੀ, ਲਲਕ ਦੀ ਅਤੇ ਮਿਹਨਤ ਦੀ ਤਾਰੀਫ ਹੋਏਗੀ। ਜੋ ਲੋਕ ਸਰਕਾਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਹਰ ਤਰਫ ਤੋਂ ਅੱਜ ਫਾਇਦਾ ਹੀ ਫਾਇਦਾ ਮਿਲਣ ਵਾਲਾ ਹੈ। ਦੋਵਾਂ ਹੱਥਾਂ 'ਚ ਲੱਡੂ ਹੈ ਤੁਹਾਡੇ। ਪਿਤਾ ਦੇ ਸੰਸਕਾਰ ਹੀ ਸਮਾਜ ਵਿੱਚ ਮਾਨ ਸਨਮਾਨ ਤੁਹਾਨੂੰ ਦਿਲਾਉਣਗੇ। ਉਹਨਾਂ ਦੀ ਦਰਸਾਈ ਹੋਈ, ਉਹਨਾਂ ਦੇ ਦੱਸੇ ਹੋਏ ਰਸਤੇ ਉੱਤੇ ਚੱਲੋ, ਤੁਹਾਨੂੰ ਫਾਇਦਾ ਜ਼ਰੂਰ ਮਿਲੇਗਾ।
ਫਿਟਨੈਸ ਦੀ ਰੂਟੀਨ ਜੋ ਤੁਸੀਂ ਫੋਲੋ ਕਰ ਰਹੇ ਹੋ, ਇਹਨੂੰ ਫੋਲੋ ਕਰਦੇ ਰਹੋ, ਤੁਹਾਡੀ ਸਿਹਤ ਵਿੱਚ ਵਾਧਾ ਜ਼ਰੂਰ ਹੋਏਗਾ। ਅੱਜ ਉਪਾਅ ਕੀ ਕਰਨਾ ਹੈ, ਰਾਧਾ ਕ੍ਰਿਸ਼ਨ ਜੀ ਦੇ ਮੰਦਰ ਵਿੱਚ ਕਿਸੇ ਪੀਲੀ ਮਿਠਾਈ ਦਾ ਦਾਨ ਦੇਣਾ ਹੈ। ਲੱਕੀ ਕਲਰ ਇਜ਼ ਗ੍ਰੀਨ ਐਂਡ ਲੱਕੀ ਨੰਬਰ ਇਜ਼ 9। ਵਰਗੋ ਯਾਨੀ ਕੰਨਿਆ ਰਾਸ਼ੀ। ਮੀਡੀਆ ਨਾਲ ਜੁੜੇ ਹੋਏ ਲੋਕਾਂ ਨੂੰ ਅੱਜ ਸਰਕਾਰ ਤੋਂ ਸਹੂਲਤਾਂ ਪ੍ਰਾਪਤ ਹੋਣਗੀਆਂ ਅਤੇ ਆਪਣੇ ਵਿਚਾਰਾਂ ਨੂੰ ਆਪਣੇ ਦੋਸਤਾਂ ਨਾਲ ਸਾਂਝੇ ਕਰੋ। ਤੁਸੀਂ ਉਹਨਾਂ ਦਾ ਦਿਲ ਜਿੱਤਣ ਵਿੱਚ ਅੱਜ ਕਾਮਯਾਬ ਰਹੋਗੇ। ਫਿਲਮ ਅਤੇ ਐਕਟਿੰਗ ਨਾਲ ਜੁੜੇ ਲੋਕਾਂ ਨੂੰ ਸਮਾਜ ਤੋਂ ਅੱਜ ਕਾਫੀ ਮਾਨ ਸਨਮਾਨ ਦੀ ਪ੍ਰਾਪਤੀ ਹੋਏਗੀ। ਜੇਕਰ ਤੁਸੀਂ ਕਲਾਕਾਰ ਹੋ, ਕੋਈ ਨਵਾਂ ਔਫਰ ਤੁਹਾਨੂੰ ਮਿਲ ਸਕਦਾ ਹੈ। ਖਿਲਾੜੀਆਂ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੇਗੀ, ਆਪਣਾ ਪ੍ਰਦਰਸ਼ਨ ਦਿਖਾਉਣ ਦਾ ਮੌਕਾ ਮਿਲੇਗਾ, ਆਪਣੀ ਸਕਿੱਲ ਦਿਖਾਉਣ ਦਾ ਤੁਹਾਨੂੰ ਮੌਕਾ ਜ਼ਰੂਰ ਮਿਲੇਗਾ। ਉਪਾਅ ਕੀ ਕਰਨਾ ਹੈ, ਕਿਸੇ ਗਾਂ ਨੂੰ ਹਰੀ ਸਬਜ਼ੀਆਂ ਦਾ ਦਾਨ ਦੇਣਾ ਹੈ। ਲੱਕੀ ਕਲਰ ਇਜ਼ ਵਾਈਟ ਐਂਡ ਲੱਕੀ ਨੰਬਰ ਇਜ਼ 11। ਦੋਸਤੋ, ਜੇਕਰ ਤੁਹਾਡੇ ਮਨ ਵਿੱਚ ਜੋਤਿਸ਼ ਨੂੰ ਲੈ ਕੇ ਕੋਈ ਜਿਗਿਆਸਾ ਹੈ, ਆਪਣੇ ਜੀਵਨ ਵਿੱਚ, ਬਿਜ਼ਨਸ ਜਾਂ ਕਰੀਅਰ ਵਿੱਚ ਕੋਈ ਸਵਾਲ ਹੈ, ਦੇਸ਼ ਵਿਦੇਸ਼ ਜਾਣਾ ਚਾਹੁੰਦੇ ਹੋ, ਬੱਚੇ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਹੋ, ਸ਼ਾਦੀ ਵਿਆਹ ਨੂੰ ਲੈ ਕੇ ਕੋਈ ਚਿੰਤਾ ਹੈ, ਘਰ, ਆਫਿਸ, ਦੁਕਾਨ ਜਾਂ ਫੈਕਟਰੀ ਦੇ ਵਾਸਤੂ ਨੂੰ ਲੈ ਕੇ ਮਨ ਵਿੱਚ ਕੋਈ ਖਿਆਲ ਆਉਂਦਾ ਹੈ, ਨੂਮਰੋਲੋਜੀ ਦੇ ਅਨੁਸਾਰ ਆਪਣਾ ਨਾਮ ਬਦਲਵਾਉਣਾ ਚਾਹੁੰਦੇ ਹੋ, ਆਪਣਾ ਨਾਮ, ਆਪਣੀ ਡੇਟ ਆਫ ਬਰਥ, ਟਾਈਮ ਅਤੇ ਪਲੇਸ ਆਫ ਬਰਥ ਸਾਨੂੰ ਥੱਲੇ ਦਿੱਤੇ ਗਏ ਨੰਬਰ ਉੱਤੇ ਭੇਜੋ, ਅਸੀਂ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਕਰਾਂਗੇ। ਅੱਜ ਅੰਮ੍ਰਿਤਪਾਲ ਜੀ ਨੇ ਅਬੋਹਰ ਤੋਂ ਸਵਾਲ ਕੀਤਾ ਹੈ ਕਿ ਬਿਜ਼ਨਸ ਵਿੱਚ ਤਰੱਕੀ ਨਹੀਂ ਮਿਲ ਰਹੀ, ਕੀ ਉਪਾਅ ਕੀਤਾ ਜਾਏ? ਅਤੇ ਅੰਮ੍ਰਿਤਪਾਲ ਜੀ, ਤੁਹਾਡੀ ਕੁੰਡਲੀ ਕੁੰਭ ਲਗਨ ਦੀ ਕੁੰਡਲੀ ਹੈ ਅਤੇ ਤੁਹਾਡੀ ਰਾਸ਼ੀ ਜਿਹੜੀ ਹੈ ਉਹ ਕਰਕ ਹੈ। ਬਿਜ਼ਨਸ ਵਿੱਚ 7th ਹਾਊਸ ਅਤੇ 10th ਹਾਊਸ ਯਾਨੀ ਕਿ 7th ਭਾਵ ਅਤੇ 10th ਭਾਵ ਦਾ ਬਹੁਤ ਜ਼ਰੂਰੀ ਇੱਕ ਰੋਲ ਹੈ। ਤੁਹਾਡੇ 10th ਭਾਵ ਦਾ ਸਵਾਮੀ ਮੰਗਲ ਹੈ ਅਤੇ ਤੁਹਾਡੇ 7th ਭਾਵ ਦਾ ਸਵਾਮੀ ਸੂਰਜ ਹੈ, ਜੋ ਕਿ ਇਕੱਠੇ ਹੋ ਕੇ ਦੂਸਰੇ ਭਾਵ 'ਚ ਬੈਠੇ ਨੇ, ਜੋ ਇਹ ਦਰਸਾਉਂਦੇ ਨੇ ਕਿ ਤੁਹਾਡੇ ਲਈ ਬਿਜ਼ਨਸ ਕਰਨਾ ਬਹੁਤ ਫਾਇਦੇਮੰਦ ਰਹੇਗਾ। ਪਰ ਫਾਈਨੈਂਸ਼ੀਅਲ ਲੋਸਿਸ ਜਿਹੜੇ ਨੇ ਉਹ ਇਸ ਲਈ ਨੇ ਕਿਉਂਕਿ ਰਾਹੂ ਤੁਹਾਡੇ 8th ਭਾਵ ਵਿੱਚ ਬੈਠਾ ਹੈ ਅਤੇ ਸ਼ਨੀ ਵਕਰੀ ਦੀ ਦ੍ਰਿਸ਼ਟੀ ਵੀ ਤੁਹਾਡੇ ਦੂਸਰੇ ਭਾਵ ਵਿੱਚ ਯਾਨੀ ਧਨ ਸਥਾਨ 'ਤੇ ਹੈ। ਅਤੇ ਬਿਜ਼ਨਸ ਵਿੱਚ ਤਰੱਕੀ ਹੋਣ ਦੇ ਬਾਵਜੂਦ, ਕੰਮ ਆਉਣ ਦੇ ਬਾਵਜੂਦ ਬਾਰ ਬਾਰ ਅਨਐਕਸਪੈਕਟਡ ਲੋਸਿਸ ਹੁੰਦੇ ਨੇ, ਜਿਸ ਕਾਰਨ ਤੁਸੀਂ ਜਿੱਥੋਂ ਸ਼ੁਰੂ ਹੁੰਦੇ ਹੋ ਉੱਥੇ ਹੀ ਵਾਪਸ ਆ ਜਾਂਦੇ, ਤਰੱਕੀ ਨਹੀਂ ਹੋ ਪਾ ਰਹੀ। ਉਪਾਅ ਕੀ ਕਰਨਾ ਹੈ ਕਿ ਕਾਲੇ ਮਾਂ, ਸਾਬੁਤ, ਨਮਕ ਅਤੇ ਤੇਲ ਦਾ ਇੱਕ ਦਾਨ ਜਿਹੜਾ ਹੈ ਲੰਗਰ ਵਿੱਚ 12 ਸ਼ਨੀਵਾਰ ਤੁਸੀਂ ਰੈਗੂਲਰਲੀ ਕਰਨਾ ਹੈ। ਡਾਰਕ ਕਲਰਸ ਤੁਸੀਂ ਅਵੋਇਡ ਕਰਨੇ ਨੇ ਆਪਣੇ ਘਰ ਵਿੱਚ, ਆਪਣੇ ਕੱਪੜਿਆਂ ਵਿੱਚ ਅਤੇ ਆਪਣੇ ਵਰਕਿੰਗ ਸਥਾਨ 'ਤੇ। ਕੋਈ ਵੀ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਚੀਜ਼ ਜੇ ਕੋਈ ਤੁਹਾਡੇ ਲਾਗੇ ਛਾਗੇ ਖਰਾਬ ਹੁੰਦੀ ਹੈ ਤਾਂ ਉਸਨੂੰ ਜਾਂ ਤਾਂ ਠੀਕ ਕਰਵਾ ਕੇ ਰੱਖਣਾ ਹੈ ਜਾਂ ਉਹਨੂੰ ਤੁਸੀਂ ਸੁੱਟ ਸਕਦੇ ਹੋ। ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਕੋਈ ਵੀ ਚੀਜ਼ ਤੁਹਾਡੇ ਲਾਗੇ ਛਾਗੇ ਖਰਾਬ ਨਹੀਂ ਹੋਣੀ ਚਾਹੀਦੀ। ਇਹ 3 ਛੋਟੇ ਛੋਟੇ ਉਪਾਅ ਕਰੋ, ਤੁਹਾਡੇ ਬਿਜ਼ਨਸ ਵਿੱਚ ਤਰੱਕੀ ਜ਼ਰੂਰ ਹੋਏਗੀ। ਲਿਬਰਾ ਯਾਨੀ ਤੁਲਾ ਰਾਸ਼ੀ। ਜਲਦਬਾਜ਼ੀ ਵਿੱਚ ਕੀਤੀ ਗਈ ਇਨਵੈਸਟਮੈਂਟ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਨਵੈਸਟਮੈਂਟ ਸਹਿਜ ਸੁਭਾਅ ਨਾਲ ਕਰਨੀ ਹੈ। ਪਰਿਵਾਰ ਨਾਲ ਘੁੰਮਣ ਫਿਰਨ ਦਾ ਅੱਜ ਕੋਈ ਨਾ ਕੋਈ ਪ੍ਰੋਗਰਾਮ ਤੁਹਾਡਾ ਜ਼ਰੂਰ ਬਣ ਸਕਦਾ ਹੈ ਅਤੇ ਘਰ ਦੀ ਰੈਨੋਵੇਸ਼ਨ ਕਰਕੇ ਹੋਏ ਆਪਣੇ ਬਜਟ ਦਾ ਧਿਆਨ ਰੱਖਣਾ ਹੈ। ਜੇ ਰੈਨੋਵੇਸ਼ਨ ਵਿੱਚ ਜਾ ਰਹੇ ਹੋ ਜਾਂ ਕਰ ਰਹੇ ਹੋ ਜਾਂ ਕਰਵਾ ਰਹੇ ਹੋ, ਆਪਣੇ ਬਜਟ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੁਹਾਡੇ ਲਈ। ਸੰਗੀਤ ਅਤੇ ਕਲਾ ਨਾਲ ਜੁੜੇ ਲੋਕਾਂ ਨੂੰ ਅੱਜ ਮਾਨ ਸਨਮਾਨ ਦੀ ਪ੍ਰਾਪਤੀ ਹੋਏਗੀ। ਕੋਈ ਨਵਾਂ ਅਫਸਰ ਵੀ ਤੁਹਾਡੇ ਲਈ ਅੱਜ ਤੁਹਾਡੇ ਸਾਹਮਣੇ ਆ ਸਕਦਾ ਹੈ। ਅੱਜ ਉਪਾਅ ਕੀ ਕਰਨਾ ਹੈ ਕਿ ਗਾਂ ਨੂੰ ਹਰਾ ਚਾਰਾ ਅਤੇ ਸ਼ੱਕਰ ਪਾਣੀ। ਲੱਕੀ ਨੰਬਰ ਹੈ 11 ਐਂਡ ਲੱਕੀ ਕਲਰ ਇਜ਼
ਪਰਪਲ। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ, ਪ੍ਰੋਪਰਟੀ ਨਾਲ ਜੁੜੇ ਹੋਏ ਮਸਲਿਆਂ ਤੋਂ ਅੱਜ ਆਪਣੀ ਦੂਰੀ ਬਣਾ ਕੇ ਰੱਖਣੀ ਹੈ। ਇਹ ਮਸਲੇ ਉਲਝ ਸਕਦੇ ਨੇ। ਰੀਅਲ ਐਸਟੇਟ ਦੀ ਕੋਈ ਵੀ ਵੱਡੀ ਡੀਲ ਕਰਨ ਤੋਂ ਅੱਜ ਤੁਸੀਂ ਬਚਣਾ ਹੈ। ਵਾਹਨ ਖਰੀਦਣ ਲਈ ਦਿਨ ਤੁਹਾਡੇ ਲਈ ਸ਼ੁਭ ਹੈ, ਬਿਲਕੁਲ ਖਰੀਦ ਸਕਦੇ ਹੋ। ਬਿਜ਼ਨਸ ਵਿੱਚ ਕੋਈ ਨਵੀਂ ਇਨਵੈਸਟਮੈਂਟ ਅੱਜ ਨਹੀਂ ਕਰਨੀ, ਖਾਸ ਕਰਕੇ ਕੋਈ ਵੱਡੀ ਇਨਵੈਸਟਮੈਂਟ ਕਰਨ ਦਾ ਸੋਚ ਰਹੇ ਹੋ ਤਾਂ ਅੱਜ ਦਾ ਦਿਨ ਉਹ ਇਨਵੈਸਟਮੈਂਟ ਟਾਲ ਦਿਓ। ਛੋਟੇ ਭਰਾ ਨਾਲ ਸਲਾਹ ਮਸ਼ਵਰਾ ਕਰਦੇ ਹੋਏ ਆਪਣੀ ਸ਼ਾਂਤੀ ਥੋੜ੍ਹੀ ਬਣਾ ਕੇ ਰੱਖਣੀ ਹੈ, ਸੰਯਮ ਰੱਖਣਾ ਹੈ, ਡਿਬੇਟ ਵਿੱਚ ਨਹੀਂ ਪੈਣਾ। ਉਪਾਅ ਕੀ ਕਰਨਾ ਹੈ, ਗੁੜ ਅਤੇ ਚਨੇ ਹਨੂੰਮਾਨ ਜੀ ਨੂੰ ਚੜਾ ਦਿਓ। ਲੱਕੀ ਕਲਰ ਹੈ ਯੈਲੋ ਐਂਡ ਲੱਕੀ ਨੰਬਰ ਇਜ਼ 12। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ, ਵਿਦਿਆਰਥੀਆਂ ਲਈ ਪੜ੍ਹਾਈ ਦਾ ਦਿਨ ਅੱਛੀ ਪਰਫੋਰਮੈਂਸ ਲਿਆਉਂਦਾ ਹੈ। ਤੁਸੀਂ ਜਿੰਨੀ ਪੜ੍ਹਾਈ ਕਰੋਗੇ ਤੁਹਾਡੀ ਪਰਫੋਰਮੈਂਸ ਉਨੀ ਵਧੀਆ ਹੁੰਦੀ ਜਾਏਗੀ। ਕਲਾ ਅਤੇ ਸੰਸਕ੍ਰਿਤੀ ਨਾਲ ਜੁੜੇ ਲੋਕਾਂ ਨੂੰ ਵੀ ਸਰਕਾਰ ਤੋਂ ਅੱਜ ਕੋਈ ਨਾ ਕੋਈ ਮਦਦ ਜ਼ਰੂਰ ਮਿਲ ਸਕਦੀ ਹੈ। ਘਰ ਦਾ ਮਾਹੌਲ ਖੁਸ਼ਗਵਾਰ ਅਤੇ ਪਾਰਟੀ ਵਰਗਾ ਬਣਿਆ ਰਹੇਗਾ। ਆਪਸ ਵਿੱਚ ਸਾਂਝ ਅਤੇ ਪਿਆਰ ਵਧੇਗਾ। ਕੋਈ ਨਾ ਕੋਈ ਸ਼ੁਭ ਕੰਮ ਘਰ ਵਿੱਚ ਹੋ ਸਕਦਾ ਹੈ। ਸੰਤਾਨ ਦੇ ਲਈ ਲਿਆ ਗਿਆ ਫੈਸਲਾ ਉਹਨਾਂ ਦੇ ਭਵਿੱਖ ਨੂੰ ਸੁਧਾਰੇਗਾ, ਸੁਨਹਿਰਾ ਬਣਾਏਗਾ। ਉਪਾਅ ਕੀ ਕਰਨਾ ਹੈ, ਕਿਸੇ ਗਰੀਬ ਨੂੰ ਕੱਪੜੇ ਦਾ ਦਾਨ ਕਰਨਾ ਹੈ। ਲੱਕੀ ਕਲਰ ਇਜ਼ ਮੈਜੈਂਟਾ ਐਂਡ ਲੱਕੀ ਨੰਬਰ ਇਜ਼ 10। ਕੈਪਰੀਕੋਨ ਯਾਨੀ ਮਕਰ ਰਾਸ਼ੀ, ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਬਿਜ਼ਨਸ ਵਿੱਚ ਤੁਹਾਨੂੰ ਕਾਮਯਾਬੀ ਮਿਲੇਗੀ। ਕਿਸੇ ਨਾਲ ਠੱਗੀ ਨਹੀਂ ਕਰਨੀ, ਆਪਣੇ ਆਪ ਹੀ ਤੁਹਾਡੇ ਪ੍ਰੋਫਿਟ ਅੱਜ ਵੱਧਦੇ ਜਾਣਗੇ। ਜੋ ਕੋਰਟ ਕਚਹਿਰੀ ਵਿੱਚ ਮਸਲੇ ਤੁਹਾਡੇ ਚੱਲ ਰਹੇ ਨੇ, ਅੱਜ ਉਹ ਸੁਲਝਦੇ ਹੋਏ ਨਜ਼ਰ ਆ ਰਹੇ ਨੇ। ਆਪਣੇ ਕਿਰਾਏਦਾਰ ਨਾਲ ਵਾਦ ਵਿਵਾਦ ਵਿੱਚ ਨਹੀਂ ਪੈਣਾ, ਸ਼ਾਂਤੀ ਬਣਾ ਕੇ ਚੱਲੋ, ਮਸਲੇ ਸੁਲਝ ਜਾਣਗੇ। ਪਾਲਤੂ ਜਾਨਵਰ ਜੇ ਕੋਈ ਤੁਸੀਂ ਰੱਖਿਆ ਹੋਇਆ ਹੈ ਤਾਂ ਉਹਦੇ ਖਾਣ ਪੀਣ ਦਾ ਵੀ ਧਿਆਨ ਰੱਖਣਾ ਹੈ। ਉਹਨੂੰ ਪ੍ਰੋਪਰ ਇੰਜੈਕਸ਼ਨ ਚੈੱਕਅਪ ਡਾਕਟਰ ਕੋਲੋਂ ਜ਼ਰੂਰ ਕਰਾਉਣਾ ਹੈ। ਉਸਦੀ ਤਬੀਅਤ ਦਾ ਥੋੜ੍ਹਾ ਅੱਜ ਧਿਆਨ ਰੱਖਣਾ ਹੈ। ਉਪਾਅ ਕੀ ਕਰਨਾ ਹੈ, ਕਿ ਸਫਾਈ ਵਾਲੀ ਚੀਜ਼ਾਂ ਦਾ ਦਾਨ ਕਿਸੇ ਧਾਰਮਿਕ ਸਥਾਨ 'ਤੇ ਤੁਸੀਂ ਦੇ ਸਕਦੇ ਹੋ। ਲੱਕੀ ਕਲਰ ਇਜ਼ ਕੌਫੀ ਬਰਾਊਨ ਐਂਡ ਲੱਕੀ ਨੰਬਰ ਇਜ਼ 50। ਐਕੁਏਰੀਅਸ ਯਾਨੀ ਕੁੰਭ ਰਾਸ਼ੀ, ਸ਼ਾਦੀ ਬਾਰੇ ਜੇਕਰ ਤੁਹਾਡੀ ਕਿਤੇ ਗੱਲਬਾਤ ਚੱਲ ਰਹੀ ਹੈ, ਉਹ ਫੈਸਲਾ ਤੁਹਾਡਾ ਪੱਕਾ ਹੋ ਸਕਦਾ ਹੈ, ਪਰ ਫੈਸਲਾ ਜਲਦਬਾਜ਼ੀ ਵਿੱਚ ਤੁਸੀਂ ਨਹੀਂ ਕਰਨਾ। ਤੁਹਾਡਾ ਜੀਵਨ ਸਾਥੀ ਅਤੇ ਬਿਜ਼ਨਸ ਵਿੱਚ ਤੁਹਾਡਾ ਪਾਰਟਨਰ ਜੋ ਹੈ, ਉਹ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਅੱਜ ਬਿਜ਼ਨਸ ਵਿੱਚ ਮਿਹਨਤ ਕਰੇਗਾ, ਜੋ ਤੁਹਾਡੇ ਵਾਸਤੇ ਬਹੁਤ ਫਾਇਦੇਮੰਦ ਸਾਬਿਤ ਹੋਏਗਾ। ਬੈਂਕ ਤੋਂ ਲਿਆ ਹੋਇਆ ਲੋਨ ਤੁਹਾਡੇ ਬਿਜ਼ਨਸ ਲਈ ਬਹੁਤ ਸ਼ੁਭ ਸਾਬਿਤ ਹੋਏਗਾ। ਤੁਸੀਂ ਧਿਆਨ ਨਾਲ ਉਹਨੂੰ ਵਰਤੋ, ਤੁਹਾਨੂੰ ਬਿਜ਼ਨਸ ਵਿੱਚ ਬਹੁਤ ਫਾਇਦਾ ਕਰਾ ਕੇ ਜਾਏਗਾ। ਤੁਹਾਡੇ ਵਿਵਹਾਰ ਰਾਹੀਂ ਤੁਹਾਡੇ ਦੁਸ਼ਮਣ ਵੀ ਅੱਜ ਤੁਹਾਡੇ ਦੋਸਤ ਬਣ ਜਾਣਗੇ ਅਤੇ ਤੁਹਾਡਾ ਸਾਥ ਦੇਣਗੇ। ਅੱਜ ਉਪਾਅ ਕੀ ਕਰਨਾ ਹੈ, ਕਿ ਲੰਗਰ ਵਿੱਚ ਕਾਲੇ ਮਾਂ ਅਤੇ ਸਰੋਂ ਦਾ ਤੇਲ ਤੁਸੀਂ ਦਾਨ ਵਿੱਚ ਦੇਣਾ ਹੈ। ਲੱਕੀ ਕਲਰ ਇਜ਼ ਸੀ ਗ੍ਰੀਨ ਐਂਡ ਲੱਕੀ ਨੰਬਰ ਇਜ਼ 12। ਆਖਰੀ ਰਾਸ਼ੀ ਹੈ ਪਾਈਸਿਸ ਯਾਨੀ ਮੀਨ, ਅਚਾਨਕ ਕਿਤੇ ਯਾਤਰਾ ਤੁਹਾਨੂੰ ਕਰਨੀ ਪੈ ਸਕਦੀ ਹੈ, ਪਰ ਇਸ ਯਾਤਰਾ ਦੌਰਾਨ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਹੈ। ਆਪਣੇ ਭਰਾ ਨਾਲ ਵਾਦ ਵਿਵਾਦ ਵਿੱਚ ਨਹੀਂ ਪੈਣਾ, ਡਿਬੇਟ ਵਿੱਚ ਨਹੀਂ ਪੈਣਾ, ਸਾਰੇ ਮਸਲੇ ਤੁਹਾਡੇ ਪਿਆਰ ਨਾਲ ਸੁਲਝ ਸਕਦੇ ਨੇ। ਆਪਸ ਵਿੱਚ ਸਾਂਝ ਬਣਾ ਕੇ ਚੱਲੋ। ਅੱਜ ਦਾ ਦਿਨ ਵਾਹਨ ਚਲਾਉਣ ਤੋਂ ਥੋੜ੍ਹਾ ਜਿਹਾ ਬਚਣਾ ਹੈ ਅਤੇ ਸੋਚ ਸਮਝ ਕੇ ਡਰਾਈਵਿੰਗ ਕਰਨੀ ਹੈ, ਧਿਆਨ ਰੱਖਣਾ ਹੈ। ਆਪਣੇ ਬਿਜ਼ਨਸ ਵਿੱਚ ਨਵੀਂ ਕੋਈ ਇਨਵੈਸਟਮੈਂਟ ਤੁਸੀਂ ਨਹੀਂ ਕਰਨੀ, ਕੋਈ ਬਦਲਾਵ ਲਿਆਉਣਾ ਚਾਹੁੰਦੇ ਹੋ, ਉਹ ਬਦਲਾਵ ਵੀ ਅੱਜ ਲਈ ਟਾਲ ਦਿਓ। ਇਹ ਬਦਲਾਵ ਅੱਜ ਤੁਹਾਡੇ ਲਈ ਸ਼ੁਭ ਨਹੀਂ ਹੈ। ਅੱਜ ਉਪਾਅ ਕੀ ਕਰਨਾ ਹੈ, ਕਿ ਕਿਸੇ ਧਾਰਮਿਕ ਸਥਾਨ ਵਿੱਚ ਕੀ ਪੀਲੇ ਕੱਪੜੇ ਦਾ ਤੁਸੀਂ ਦਾਨ ਕਰਨਾ ਹੈ।
ਲੱਕੀ ਨੰਬਰ ਹੈ 22, ਲੱਕੀ ਕਲਰ ਇਜ਼ ਪਿੰਕ। ਪਿਆਰੇ ਦਰਸ਼ਕੋਂ, ਇਹ ਸੀ ਤੁਹਾਡਾ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂ ਗੁਪਤਾ ਤੁਹਾਡੇ ਸਾਹਮਣੇ ਕੱਲ੍ਹ ਫਿਰ ਹਾਜ਼ਰ ਹੋਵਾਂਗਾ, ਲੱਕੀ ਕਲਰ, ਲੱਕੀ ਨੰਬਰ, ਨਵੇਂ ਉਪਾਅ ਅਤੇ ਰਾਸ਼ੀਫਲ ਲੈ ਕੇ, ਸੇਮ ਟਾਈਮ ਇਸੇ ਚੈਨਲ ਉੱਤੇ। ਅੱਜ ਲਈ ਮੈਨੂੰ ਇਜਾਜ਼ਤ ਦੇ ਦਿਓ। ਮੈਂ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਡਾ ਅੱਜ ਦਾ ਦਿਨ ਲੱਕੀ ਰਹੇ, ਸ਼ੁਭ ਰਹੇ, ਮੰਗਲਕਾਰੀ ਰਹੇ। ਨਮਸਕਾਰ, ਸਤਿ ਸ਼੍ਰੀ ਅਕਾਲ।